ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਜਨਰਲ ਨੋਲਿਜ ਦੇ ਇਹ ਟਾਪ ਰਿਪੀਟਡ ਕੁਐਸਚਨ ਨੇ 2018 ਤੋਂ ਬਾਅਦ ਪੰਜਾਬ ਵਿੱਚ ਜਿੰਨੇ ਵੀ ਗਵਰਨਮੈਂਟ ਆਗ ਐਗਜ਼ਾਮ ਹੋਏ ਨੇ ਉਹਨਾਂ ਵਿੱਚੋਂ ਚੁਣ-ਚੁਣ ਕੇ ਜਿਹੜੇ ਰਿਪੀਟਡ ਕੁਐਸਚਨ ਇਸ ਵੀਡੀਓ ਵਿੱਚ ਇਨਕਲੂਡ ਕੀਤੇ ਗਏ ਨੇ ਹਰ ਐਗਜ਼ਾਮ ਵਿੱਚ ਰਿਪੀਟ ਹੁੰਦੇ ਨੇ ਦੋਸਤੋ ਇਸ ਤਰ੍ਹਾਂ ਦੇ ਆਈ ਹੋਪ ਫੋਰੈਸਟ ਗਾਰਡ ਦੇ ਐਗਜ਼ਾਮ ਵਿੱਚ ਵੀ ਰਿਪੀਟ ਹੋ ਸਕਦੇ ਨੇ ਓਕੇ ਦੋਸਤੋ ਇਹਨਾਂ ਕੁਐਸਚਨਾਂ ਨੂੰ ਲਾਈਟਲੀ ਨਾ ਲਿਓ ਨਾਲ ਦੀ ਨਾਲ ਰਾਈਟ ਡਾਊਨ ਜ਼ਰੂਰ ਕਰ ਲਿਓ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਰਹੋ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਐਂਡ ਜਿਹੜੇ ਤੱਕ ਸਾਡਾ ਵਟਸਐਪ ਗਰੁੱਪ ਜੁਆਇਨ ਨਹੀਂ ਕੀਤਾ ਤਾਂ ਲਿੰਕ ਵੀ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਉੱਥੇ ਜਾ ਕੇ ਤੁਸੀਂ ਵਟਸਐਪ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਕੁਐਸਚਨ ਨੰਬਰ 1 ਦੀ ਗੱਲ ਕਰੀਏ ਹਿਮੋਗਲੋਬਿਨ ਵਿੱਚ ਲੋਹਾ ਹੀਟ ਲਿਕੇਮ ਵਿੱਚ ਕਿਹੜੀ ਆਕਸੀਡੇਸ਼ਨ ਦਿਸ਼ਾ ਪ੍ਰਗਟਾਉਂਦਾ ਹੈ ਠੀਕ ਆ ਆਪਸ਼ਨ ਤੁਹਾਡੇ ਸਾਹਮਣੇ ਨੇ ਊੜਾ ਆੜਾ ਈ ਡੀ ਸਸਾ ਤੇ ਇਹਨਾਂ ਵਿੱਚ ਰਾਈਟ ਆਨਸਰ ਜੇ ਤੁਹਾਨੂੰ ਪਤਾ ਹੈ ਤਾਂ फटाफट ਵੀਡੀਓ ਵਿੱਚ ਕਮੈਂਟ ਕਰ ਦਿਓ ਠੀਕ ਆ ਹੁਣ ਆਪਾਂ ਜਦ ਦਾ ਟਾਈਮ ਵੇਸਟ ਨਹੀਂ ਕਰਦੇ ਆਪਸ਼ਨ ਤੁਹਾਨੂੰ ਨਹੀਂ ਦੱਸਦਾ ਡਾਇਰੈਕਟ ਤੁਹਾਨੂੰ ਰਾਈਟ ਆਨਸਰ ਦੱਸ ਦਿੰਦਾ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ 2+ ਠੀਕ ਆ ਹੀਮੋਗਲੋਬਿਨ ਵਿੱਚ ਲੋਹਾ ਹੇਟ ਲਿਖਿਆਂ ਵਿੱਚੋਂ ਕਿਹੜੀ ਆਕਸੀਡੇਸ਼ਨ ਦਸ਼ਾ ਪ੍ਰਗਟ ਪ੍ਰਗਟਾਉਂਦਾ ਹੈ ਤਾਂ 2+ ਆਕਸੀਡੇਸ਼ਨ ਦਸ਼ਾ ਪ੍ਰਗਟਾਉਂਦਾ ਠੀਕ ਆ ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ ਭਾਰਤ ਵਿੱਚ ਹਰੀ ਕ੍ਰਾਂਤੀ ਲਈ ਵਿਕਸਿਤ ਕੀਤੀਆਂ ਕਿੱਤੀਆਂ ਗਈਆਂ ਜਯਾ ਅਤੇ ਰਤਨਾ ਡੈਸ਼ ਦੀਆਂ ਕਿਸਮਾਂ ਹਨ ਜਯਾ ਅਤੇ ਰਤਨਾ ਕਿਹੜੀ ਫਸਲ ਦੀਆਂ ਕਿਸਮਾਂ ਨਸਲ ਨਸਲ ਜਾਂ ਕਿਸਮ ਹੈ ਤਾਂ অপਸ਼ਨ ਨੰਬਰ ਉੜਾ ਚਾਵਲ ਦੀ ਇਹ ਕਿਸਮ ਹੈ ਓਕੇ ਇਸ ਦਾ ਰਾਈਟ ਆਨਸਰ ਹੋਵੇਗਾ ਉੜਾ ਚਾਵਲ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਹੇਠ ਲਿਖਿਆਂ ਵਿੱਚੋਂ ਕਿਸ ਨੇ ਲੋਕਰਾਜ ਦਾ ਵਰਣਨ ਕਰਦਿਆ ਲਿਖਿਆ ਹੈ ਕਿ ਲੋਕਰਾਜ ਬਹੁਮਤ ਦਾ ਅਤਿਆਚਾਰ ਹੈ ਤਾਂ ਲੋਕਰਾਜ ਬਹੁਮਤ ਦਾ ਅਤਿਆਚਾਰ ਇਹ ਕਿਸ ਨੇ ਲਿਖਿਆ ਸੀ অপশন নাম্বার আ ইজ দা রাইট आंसर ਹੋਵੇਗਾ ਐਲਕਿਸਿਸ ਡੀ ਟੋਕਿਉ ਵੇਲੇ ঠিক ਹੈ ਇਹ ਇਜ਼ ਦਾ রাইট आंसर ਹੋਵੇਗਾ इसने कहा ਸੀ ਕਿ ਲੋਕਰਾਜ ਜਿਹੜਾ ਲੋਕਰਾਜ ਬਹੁਮਤ ਦਾ अत्याचार ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 4 ਦੀ ਗੱਲ ਕਰੀਏ ਕਿਓਟੋ ਪ੍ਰੋਟੋਕਾਲ ਕਿਓਟੋ ਪ੍ਰੋਟੋਕਾਲ ਦੇ ਪਹਿਲੇ ਪ੍ਰਤੀਗਿਆ ਕਾਲ ਦੇ ਨਿਸ਼ਾਨੇ 6 ਪ੍ਰਮੁੱਖ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਸੰਬੰਧੀ ਸਨ ਦਿੱਤੇ ਲਿਖਿਆਂ ਵਿੱਚੋਂ ਕਿਹੜੀ ਗੈਸ ਉਹਨਾਂ ਨਿਸ਼ਾਨੀਆਂ ਵਿੱਚ ਸ਼ਾਮਿਲ ਨਹੀਂ ਸੀ ਕਿਓਟੋ ਪ੍ਰੋਟੋਕਾਲ ਇਹ ਕਿਓਟੋ ਹੈ ਜੋ ਜਾਪਾਨ ਦਾ ਇੱਕ ਸ਼ਹਿਰ ਹੈ ਠੀਕ ਹੈ ਜਾਪਾਨ ਦਾ ਇੱਕ ਸ਼ਹਿਰ ਹੈ ਉੱਥੇ ਆਪਣੇ ਵਾਤਾਵਰਣ ਦੇ ਰਿਗਾਰਡਿੰਗ ਇੱਕ ਮੀਟਿੰਗ ਬੁਲਾਈ ਜਾਂਦੀ ਹੈ ਜਿਸ ਨੂੰ ਕਿ ਕਿਓਟੋ ਪ੍ਰੋਟੋਕਾਲ ਕਿਹਾ ਜਾਂਦਾ ਹੈ ਠੀਕ ਹੈ ਉਸ ਮੀਟਿੰਗ ਵਿੱਚ ਕੀ ਛੇ ਪ੍ਰਮੁੱਖ ਗ੍ਰੀਨ ਹਾਊਸ ਗੈਸਾਂ ਬਾਰੇ ਗੱਲਬਾਤ ਹੋਈ ਹੈ ਠੀਕ ਹੈ ਉਹ ਉਹ ਹੁਣ ਇਹਨਾਂ ਨੇ ਇਹ ਪੁੱਛਿਆ ਕਿ ਉਹਨਾਂ ਛਿਆਂ ਵਿੱਚੋਂ ਕਿਹੜੀ ਗੈਸ ਇਨਕਲੂਡ ਨਹੀਂ ਸੀ ਠੀਕ ਹੈ ਕੁਐਸਚਨ ਨੂੰ ਪੜਿਆ ਕਰੋ ਫਿਰ ਚੰਗੀ ਤਰ੍ਹਾਂ ਅਟੈਂਪਟ ਕਰਿਆ ਕਰੋ ਤਾਂ ਇਜ਼ ਦਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ ਆੜਾ ਹਾਈਡਰੋਫਲੋਰੋਕਾਰਬਨ ਜੀ ਨੂੰ ਆਪਾਂ ਰੀਸਾਈਕਲ ਆਪਾਂ ਕੈਮੀਕਲ ਨੇਮ ਜਿ ثਰੂ ਜਾਣੀਏ ਤਾਂ ਐਚ ਐਫ ਛੋਟੀ ਐਸ ਦੇ ਨਾਲ ਪ੍ਰੈਜ਼ੈਂਟ ਕੀਤਾ ਜਾਂਦਾ ਠੀਕ ਹੈ ਇਹ ਚੀਜ਼ ਵੀ ਯਾਦ ਰੱਖਿਓ ਕੁਐਸਚਨ ਨੰਬਰ 5 ਦੀ ਗੱਲ ਕਰੀਏ ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ ਅਧਿੰਤਾ ਦਾ ਇੱਕ ਨਵਾਂ ਅਧਿਆਇ ਕਿਸ ਵੱਲੋਂ ਕਿਹਾ ਗਿਆ ਸੀ ਮਤਲਬ ਐਕਟ ਜਿਹੜਾ 1935 ਸੀ ਇਸ ਨੂੰ ਅਧਿੰਤਾ ਦਾ ਇੱਕ ਨਵਾਂ ਅਧਿਆਇ ਕਿਹਾ ਗਿਆ ਕਿਸ ਦੁਆਰਾ ਕਿਹਾ ਗਿਆ ਸੀ ਇਹ ਇਹ অপਸ਼ਨ ਨੰਬਰ E ਇਸ ਦਾ ਰਾਈਟ ਆਨਸਰ ਹੈ ਜਵਾਰ ਲਾਲ ਨਹਿਰੂ ਦੁਆਰਾ ਇਹ ਵਰਡਸ ਕਹੇ ਗਏ ਸੀ ਠੀਕ ਹੈ ਕੁਐਸਚਨ ਨੰਬਰ 6 ਦੀ ਗੱਲ ਕਰੀਏ ਅੰਤਰਰਾਸ਼ਟਰੀ ਇਨਸਾਫ ਕਚੇਰੀ ਯਾਨੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਕਿੰਨੇ ਜੱਜ ਸ਼ਾਮਿਲ ਹੁੰਦੇ ਨੇ ਵੈਰੀ ਇੰਪੋਰਟੈਂਟ ਕੁਐਸਚਨ ਹੈ ਤੇ ਕਾਫੀ ਨਿਆ ਕੁਐਸਚਨ ਹੈ ਮਤਲਬ ਕਿ ਮੋਸਟਲੀ ਐਗਜ਼ਾਮਸ ਵਿੱਚ ਆਪਣੇ ਇੰਡੀਆ ਦੇ ਜਿਹੜੇ ਇੰਡੀਆ ਲੈਵਲ ਦੇ ਜਸਟਿਸ ਨੇ ਉਹਨਾਂ ਦੇ ਕੁਐਸਚਨ ਦੇਖਣ ਨੂੰ ਮਿਲਦੇ ਨੇ ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜੋ ਕੁਐਸਚਨ ਆ ਜੇ ਤਾਂ ਤੁਸੀਂ ਯਾਦ ਰੱਖਣਾ ਹੈ ਇਜ਼ ਦਾ ਰਾਈਟ ਆਨਸਰ অপਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ ਹੈ 15 ਜੱਜ ਸ਼ਾਮਿਲ ਹੁੰਦੇ ਨੇ ਕਿਦੇ ਵਿੱਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਠੀਕ ਹੈ ਕੁਐਸਚਨ ਨੰਬਰ 7 ਦੀ ਗੱਲ ਕਰੀਏ ਹੇਟ ਲਿਖੇ ਸੰਵਿਧਾਨਿਕ ਸੰਸ਼ੋਧਨਾ ਵਿੱਚੋਂ ਕਿਹੜਾ ਸੰਸ਼ੋਧਨ 8ਵੇਂ ਸ਼ੈਡਿਊਲ ਵਿੱਚ ਹੋਰ ਬੋਲੀਆਂ ਵਧਾਉਣ ਸੰਬੰਧੀ ਨਹੀਂ ਹੈ ਠੀਕ ਹੈ ਨਹੀਂ ਹੈ ਪੁੱਛਿਆ ਗਿਆ ਇੱਥੇ ਦੇਖੋ ਕਨਫਿਊਜ਼ ਨਾ ਹੋਇਓ ਠੀਕ ਹੈ ਅੱਠਵੇਂ ਅੱਠਵਾਂ ਸ਼ੈਡਿਊਲ ਆਪਣਾ ਜਿਹੜਾ ਅੱਠਵੀਂ ਐਨ ਸੁਚੀ ਹੈ ਨਾ ਉਸ ਵਿੱਚ ਹੋਰ ਬੋਲੀਆਂ ਵਧਾਉਣ ਡਿਗਰਡਿੰਗ ਕਿਹੜਾ ਸੰਵਿਧਾਨ ਸੰਸ਼ੋਧਨ ਨਹੀਂ ਹੈ ਠੀਕ ਹੈ ਇਸ ਦਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ ਸ 29ਵਾਂ ਸੰਸ਼ੋਧਨ ਠੀਕ ਹੈ ਇਸ ਬਾਰੇ ਵੀ ਅਸੀਂ ਪ੍ਰੋਪਰ ਕਲਾਸ ਦੇ ਦਿੱਤੀ ਹੈ ਜਿਹੜੇ ਆਪਣੇ ਸ਼ੈਡਿਊਲ ਨੇ ਹੈ ਨਾ 12 ਸ਼ੈਡਿਊਲ ਨੇ ਤੇ ਪ੍ਰੋਪਰ ਤੁਹਾਨੂੰ ਵੀਡੀਓ ਮੈਂ ਦੇ ਦਿੱਤੀ ਹੈ ਜਾ ਕੇ ਵਿਜ਼ਿਟ ਜ਼ਰੂਰ ਕਰ ਲਓ ਕੁਸ਼ਨ ਨੰਬਰ 8 ਦੀ ਗੱਲ ਕਰੀਏ ਹੇਟਲਿਕਮ ਵਿੱਚੋਂ ਕੌਣ ਸੰਸਦ ਦਾ ਸਦਸ ਨਾਮ ਹੁੰਦੇ ਹੋਏ ਵੀ ਸੰਸਦ ਦੇ ਦੋਹਾਂ ਸਦਨਾਂ ਦੀ ਸਵਾਮਾ ਵਿੱਚ ਹਾਜ਼ਰ ਹੋ ਸਕਦਾ ਹੈ ਠੀਕ ਹੈ ਕੁਐਸਚਨ ਨੰਬਰ 8 ਦਾ ਜਿਹੜਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਸਸਾ ਭਾਰਤ ਦਾ ਅਟਰਨੀ ਜਰਨਲ ਠੀਕ ਹੈ ਇਨਕਲੂਡ ਹੋ ਸਕਦਾ ਹੈ ਸੰਸਦ ਦੇ ਦੋਹਾਂ ਸਦਨਾਂ ਦੀਆਂ ਮੀਟਿੰਗਾਂ ਵਿੱਚ ਕੁਐਸਚਨ ਨੰਬਰ 9 ਦੀ ਗੱਲ ਕਰੀਏ ਹੇਠ ਲਿਖਿਆਂ ਵਿੱਚੋਂ ਸੂਬਿਆਂ ਵਿੱਚੋਂ ਕਿਸ ਸੂਬੇ ਨੂੰ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਸਥਾਪਿਤ ਕੀਤਾ ਗਿਆ ਠੀਕ ਹੈ ਕਿਸ ਸੂਬੇ ਵਿੱਚ ਭਾਰਤ ਦੇ ਕਿਸ ਸੂਬੇ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਸਥਾਪਿਤ ਕੀਤਾ ਗਿਆ ਤਾਂ ਆਪਸ਼ਨ ਨੰਬਰ ਡਾ ਇਸ ਦਾ ਰਾਈਟ ਆਨਸਰ ਹੈ Rajasthan ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਸਥਾਪਿਤ ਕੀਤਾ ਗਿਆ ਸੀ ਠੀਕ ਹੈ ਕੁਸ਼ਨ ਨੰਬਰ 10 ਦੀ ਗੱਲ ਕਰੀਏ ਇਤਰੀਕਿਆਂ ਵਿੱਚੋਂ ਕਿਸ ਮੁਗਲ ਬਾਦਸ਼ਾਹ ਦੇ ਰਾਜ ਰਾਜ ਸਮੇਂ ਸਿੱਖ ਆਗੂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਕਿਹਦਾ ਟਾਈਮ ਸੀ ਉਹ ਕਿਹਦਾ ਸਮਾ ਕਾਲ ਸੀ ਜਦੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਆਪਸ਼ਨ ਨੰਬਰ 4 ਫਰਖ ਸਿਆਰ ਦਾ ਉਹ ਸਮਕਾਲੀ ਸੀ ਠੀਕ ਹੈ ਫਰਖ ਸਿਆਰ ਦੇ ਰਾਜੇ ਦੌਰਾਨ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਐਂਡ ਕੁਐਸਚਨ ਨੰਬਰ 11 ਦੀ ਗੱਲ ਕਰੀਏ 12 ਜਨਵਰੀ ਜੋ ਕਿ ਪੂਰੇ ਭਾਰਤ ਵਿੱਚ ਰਾਸ਼ਟਰੀ ਯੂਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਸ ਮਸ਼ਹੂਰ ਭਾਰਤੀ ਹਸਤੀ ਦੇ ਜਨਮ ਦਿਨ ਦੀ ਯਾਦਗਰੀ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ ਠੀਕ ਹੈ ਇੱਥੇ ਦੋ ਕੁਐਸਚਨ ਕਵਰ ਹੁੰਦੇ ਨੇ ਇੱਕ ਤਾਂ ਇਹ ਯਾਦ ਰੱਖਿਓ 12 ਜਨਵਰੀ ਨੂੰ ਕਿਹੜਾ ਦਿਨ ਹੈ ਰਾਸ਼ਟਰੀ ਯੂਵਾ ਦਿਵਸ ਠੀਕ ਹੈ ਇਗਜ਼ਾਮ ਵਿੱਚ ਕਈ ਵਾਰ ਇਹ ਕੁਐਸਚਨ ਪੁੱਛ ਲਿਆ ਜਾਂਦਾ ਇੱਕ ਇਹ 12 ਜਨਵਰੀ ਆ ਇਸ 12 ਜਨਵਰੀ ਨੂੰ ਕਿਹੜਾ ਭਾਰਤ ਦੀ ਮਹਾਨ ਹਸਤੀ ਦਾ ਜਨਮ ਹੋਇਆ ਸੀ ਇਹ ਕੁਐਸਚਨ ਕਵਰ ਹੁੰਦਾ ਤਾਂ ਇਸ ਦਾ ਰਾਈਟ ਆਨਸਰ ਆ অপਸ਼ਨ ਨੰਬਰ 8 ਹੈ ਇਸ ਦਾ ਰਾਈਟ ਆਨਸਰ ਹੈ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਤੇ 12 ਜਨਵਰੀ ਨੂੰ ਯੂਵਾ ਦਿਵਸ ਸੈਲੀਬ੍ਰੇਟ ਕੀਤਾ ਜਾਂਦਾ ਹੈ ਕੁਐਸਚਨ ਨੰਬਰ 12 ਦੀ ਗੱਲ ਕਰੀਏ ਆਦਮ ਬ੍ਰਿਜ ਯਾਨੀ ਆਦਮ ਦਾ ਪੁਲ ਡੈਸ਼ ਤੋਂ ਸ਼ੁਰੂ ਹੁੰਦਾ ਹੈ ਇਹ ਕਿੱਥੋਂ ਸ਼ੁਰੂ ਹੁੰਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਹੈ ਤੁਹਾਨੂੰ ਸ਼ਕੋਡੀ ਤੋਂ ਇਹ ਸਟਾਰਟ ਹੁੰਦਾ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 13 ਦੀ ਗੱਲ ਕਰੀਏ ਹੇਠ ਲਿਖਿਆਂ ਵਿੱਚੋਂ ਕਿਸ ਸ਼ਹਿਰ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਹਮਲਾ ਨਹੀਂ ਕੀਤਾ ਦੇਖੋ ਕੁਐਸਚਨ ਕੀ ਕਹਿੰਦਾ ਨਹੀਂ ਕੀਤਾ ਤਾਂ ਇਹਨਾਂ ਵਿੱਚੋਂ ਕਿਹੜਾ ਸ਼ਹਿਰ ਹੈ ਜਿਹੜੇ ਸ਼ਹਿਰ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਹਮਲਾ ਨਹੀਂ ਕੀਤਾ ਸੀ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਸੱਤਾ ਲਾਹੌਰ ਲਾਹੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਹਮਲਾ ਨਹੀਂ ਕੀਤਾ ਆਪਣੇ ਜੀਵਨ ਕਾਲ ਵਿੱਚ ਕੁਐਸਚਨ ਨੰਬਰ 14 ਦੀ ਗੱਲ ਕਰੀਏ ਪੰਜਾਬ ਸਾਹਿਤ ਦੇ ਵਿੱਚ ਖੁੱਲੀ ਕਵਿਤਾ ਯਾਨੀ ਫ੍ਰੀ ਵਰਸ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਖੁੱਲੀ ਕਵਿਤਾ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਆੜਾ ਪੂਰਨ ਸਿੰਘ ਦੁਆਰਾ ਇਹ ਕੀਤੀ ਗਈ ਸੀ ਕੁਐਸਚਨ ਨੰਬਰ 15 ਦੀ ਗੱਲ ਕਰੀਏ ਡੈਸ਼ ਨਾਮ ਬਿਆਸ ਦਰਿਆ ਤੇ ਬਣਿਆ ਹੋਇਆ मतलब ब्यास दरिया ते ਕਿਹੜਾ ਡੈਮ ਬਣਿਆ ਹੋਇਆ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ ਸੱਸਾ ਪੋਂਗ ਡੈਮ ਠੀਕ ਹੈ ਇਹ ਪੋਂਗ ਡੈਮ ਥੋੜੀ ਕਟਿੰਗ ਹੋ ਰਹੀ ਇਸ ਵਿੱਚ ਟਾਈਪ ਕਰਨ ਵਿੱਚ ਤਾਂ ਕਰਕੇ ਯਾਦ ਰੱਖਿਓ ਪੋਂਗ ਡੈਮ ਜਿਹੜਾ ਬਿਆਸ ਰਿਵਰ ਤੇ ਬਣਿਆ ਹੋਇਆ ਹੈ ਕੁਐਸਚਨ ਨੰਬਰ 16 ਦੀ ਗੱਲ ਕਰੀਏ 2011 ਜਨਗਣਨਾ ਤੇ ਆਧਾਰ ਤੇ ਡੈਸ਼ ਜ਼ਿਲੇ ਵਿੱਚ ਮਾਦਾ ਸਾਖਰਤਾ ਯਾਨੀ ਫੀਮੇਲ ਲਿਟਰੇਸੀ ਸਭ ਤੋਂ ਵੱਧ ਹੈ ਮਤਲਬ ਕਿ ਜਿੱਥੇ ਕੁੜੀ ਬੱਚਿਆਂ ਦਾ ਮਤਲਬ ਕਿ ਬੇਬੀ ਗਰਲ ਚਾਈਲਡ ਦਾ ਜਨਮ ਸਭ ਤੋਂ ਵੱਧ ਹੋਇਆ ਤਾਂ ਇਸ ਦਾ ਰਾਈਟ ਆਨਸਰ ਕਿਹੜਾ ਹੋਊਗਾ ਆਪਸ਼ਨ ਨੰਬਰ ਈ ਡੀ ਹੁਸ਼ਿਆਰਪੁਰ ਵਿੱਚ ਫੀਮੇਲ ਲਿਟਰੇਸੀ ਕਾਫੀ ਜ਼ਿਆਦਾ ਹੈ ਠੀਕ ਹੈ ਕੁਐਸਚਨ ਨੰਬਰ 17 ਦੀ ਗੱਲ ਕਰੀਏ ਨਾਮ ਮਿਲਵਰਤਨ ਅਤੇ ਸਵਦੇਸ਼ੀ ਦੀ ਵਰਤੋਂ ਨੂੰ ਸਿਆਸੀ ਹਥਿਆਰ ਵਜੋਂ ਵਿਕਸਿਤ ਕਰਨ ਵਾਲਾ ਪਹਿਲਾ ਆਜ਼ਾਦੀ ਕੁਲੱਟਿਆ ਕੌਣ ਸੀ ਠੀਕ ਹੈ ਨਾਮ ਮਿਲਵਰਤਨ ਜੀ ਨੇ ਤੇ ਸਵਦੇਸ਼ੀ ਦੀ ਵਰਤੋਂ ਇਸ ਦਾ ਨਾਰਾ ਲਗਾਇਆ ਸੀ ਮਤਲਬ ਕਿ ਨਾ ਅੰਗਰੇਜ਼ਾਂ ਨਾਲ ਨਾ ਮਿਲ ਵਰਤਮਨ ਸਟਾਰਟ ਕਰ ਦੋ ਅਤੇ ਸਵੈ ਦੇਸ਼ੀ ਹੈ ਜਿਹੜਾ ਦੇਸ਼ ਦਾ ਬਣਿਆ ਹੋਇਆ ਉਸ ਚੀਜ਼ ਨੂੰ ਯੂਜ਼ ਕਰੋ ਤਾਂ ਇਹ ਸਭ ਤੋਂ ਪਹਿਲਾਂ ਕਿਸ ਨੇ ਲਾਇਆ ਸੀ ਇਸ ਦਾ ਨਾਰਾ অপਸ਼ਨ ਨੰਬਰ E ਇਸ ਦਾ ਰਾਈਟ ਆਨਸਰ ਹੋਗਾ ਸਤਗੁਰੂ ਰਾਮ ਸਿੰਘ ਨੇ ਠੀਕ ਹੈ ਇਤਿਹਾਸ ਵਿੱਚ ਹਲਾਕ ਕਮ ਹੀ ਇਸ ਦਾ ਜ਼ਿਕਰ ਹੈ ਪਰ ਸਭ ਤੋਂ ਪਹਿਲਾਂ ਨਾਰਾ ਇਸ ਦਾ ਸੀ ਠੀਕ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੋ ਵਿਅਕਤੀ ਸਸਨ ਦਾ ਸਦਸ ਸਹੀ ਉਸ ਨੂੰ ਰਾਸ਼ਟਰਪਤੀ ਵੱੱਧ ਤੋਂ ਵੱਧ ਕਿੰਨੇ ਸਮੇਂ ਲਈ ਮੰਤਰੀ ਨਿਯੁਕਤ ਕਰ ਸਕਦਾ ਹੈ ਜੋ ਸਸੰਦ ਦਾ ਸਦਸਦ ਨਹੀਂ ਹੁੰਦਾ ਠੀਕ ਹੈ ਉਹ ਉਸ ਨੂੰ ਰਾਸ਼ਟਰਪਤੀ ਵੱੱਧ ਤੋਂ ਵੱਧ ਕਿੰਨੇ ਟਾਈਮ ਲਈ ਮੰਤਰੀ ਨਿਯੁਕਤ ਕਰ ਸਕਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਗਾ ਆਪਸ਼ਨ ਨੰਬਰ 6 ਮਹੀਨਿਆਂ ਤੱਕ ਉਸ ਨੂੰ ਮੰਤਰੀ ਨਿਯੁਕਤ ਕਰ ਸਕਦਾ ਹੈ ਕੁਐਸਚਨ ਨੰਬਰ 19 ਦੀ ਗੱਲ ਕਰੀਏ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਾਪਾਨ ਦੀ ਮੁੜ ਉਸਾਰੀ ਅਤੇ ਅਧਣੁਕੀਕਰਨ ਤੇਜ਼ੀ ਨਾਲ ਹੋਣ ਦਾ ਕਾਰਨ ਕੀ ਸੀ ਇਸ ਦਾ ਕਾਰਨ ਕੀ ਸੀ অপশন ਨੰਬਰ ਸ ਚੰਗੀ ਤਰ੍ਹਾਂ ਸਿੱਖੇ ਹੋਏ ਕਾਮੀ ਮਤਲਬ ਕਿ ਐਜੂਕੇਟਡ ਲੋਗੋ ਨੇ ਮੋਸਟਲੀ ਉੱਥੇ ਤਾਂ ਕਰਕੇ ਉਹਨਾਂ ਨੇ ਸਮੇਂ ਦੀ ਨਾਜ਼ੁਕਤਾ ਨੂੰ ਸਮਝਿਆ ਅਤੇ ਆਪਣੀ ਜਿਹੜੀ ਕੰਟਰੀ ਸੀ ਜਾਪਾਨ 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 ਦੇ ਜਿਹੜੇ ਮੈਂ ਉਹ ਮੇਨ ਚਾਰਸੀ ਹਿਰੋਸ਼ੀਮਾ ਤੇ ਨਾਗਾ ਨਾਗਾਸਾਕੀ ਜਿਸ ਤੇ ਬੰਬ ਸਿੱਟੇ ਸੀ ਹਨ ਉਹ ਬਿਲਕੁਲ ਤਬਾਹ ਹੋ ਗਏ ਸੀ ਹੁਣ ਪੜ੍ਹੇ ਲਿਖੇ ਸੀ ਚੰਗੇ ਲੋਕ ਸੀ ਤਾਂ ਕਰਕੇ ਉਹਨਾਂ ਨੇ ਜਲਦੀ ਨਾਲ ਆਪਣਾ ਮੋੜ ਉਦੋਂ ਕੀ ਕਰਨ ਤੇਜ਼ੀ ਨਾਲ ਕਰ ਲੈ ਸੀ ਓਕੇ ਕੁਐਸਚਨ ਨੰਬਰ 20 ਦੀ ਗੱਲ ਕਰੀਏ ਭਾਰਤ ਦੇ ਸੰਵਿਧਾਨ ਲਿਖਣ ਵਾਲੀ ਸੰਵਿਧਾਨਕ ਸਭਾ ਦੇ ਮੈਂਬਰ ਨੂੰ ਮਤਲਬ ਭਾਰਤ ਦਾ ਸੰਵਿਧਾਨ ਲਿਖਣ ਵਾਲੀ ਸੰਵਿਧਾਨਕ ਸਭਾ ਦੇ ਮੈਂਬਰ ਕਿੱਥੋਂ ਚੁਣੇ ਗਏ ਸੀ ਇਹ ਕੁਐਸਚਨ ਇਹ ਪੁੱਛਣਾ ਚਾਹੁੰਦਾ ਹੈ ਤਾਂ ਆਪਸ਼ਨ ਨੰਬਰ ਏ ਡੀ ਇਸ ਦਾ ਰਾਈਟ ਆਨਸਰ ਹੈ ਸੁਵਨ ਦੀ ਵਿਧਾਨ ਸਭਾ ਤੋਂ ਚੁਣੇ ਗਏ ਸੀ ਜਿਹੜੇ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਲਿਖਿਆ ਸੀ ਓਕੇ